ਪੰਜਾਬ ਅੰਦਰ ਬੇਅਦਬੀ ਹੋਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਤੇ ਆਏ ਦਿਨ ਕਿਤੇ ਨਾ ਕਿਤੇ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਹੀ ਰਹਿੰਦੀਆਂ ਨੇ। ਇਸੇ ਹੀ ਤਰ੍ਹਾਂ ਹੁਣ ਰਾਜਪੁਰਾ ਦੇ ਇੱਕ ਗੁਰੂ ਘਰ ਦੇ ਵਿੱਚ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਬਿਨਾਂ ਸਿਰ ਟੱਕੇ ਬੂਟ ਪਾ ਕੇ ਗੁਰੂ ਘਰ ਦੇ ਅੰਦਰ ਦਾਖਲ ਹੋ ਗਿਆ, ਜਿਸ ਨੂੰ ਉੱਥੇ ਮੌਕੇ ਤੇ ਮੌਜੂਦ ਸੇਵਾਦਾਰਾਂ ਦੇ ਵੱਲੋਂ ਕਾਬੂ ਕਰ ਲਿਆ ਗਿਆ ਅਤੇ ਬਾਅਦ ਦੇ ਵਿੱਚ ਮੁਲਜ਼ਮ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਇਸ ਨੌਜਵਾਨ ਦੀ ਪਹਿਚਾਣ ਸਾਹਿਲ ਨਾਮ ਦੇ ਵਜੋਂ ਹੋਈ ਹੈ, ਜੋ ਕਿ ਰਾਜਪੁਰਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਇਸ ਘਟਨਾ ਦੀ ਵੀਡੀਓ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਬਿਨਾਂ ਸਿਰ ਟੱਕੇ ਤੇ ਬੂਟ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਅੰਦਰ ਦਾਖਲ ਹੁੰਦਾ ਹੈ, ਜਿਸ ਨੂੰ ਸੇਵਾਦਾਰ ਕਾਬੂ ਕਰ ਲੈਂਦੇ ਨੇ ਤੇ ਇਸ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਅਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉੱਥੇ ਇਸ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਤੇ ਹੋਰ ਇਲਾਕਾ ਨਿਵਾਸੀਆਂ ਦਾ ਕੀ ਕਹਿਣਾ ਹੈ, ਜ਼ਰਾ ਤੁਸੀਂ ਵੀ ਸੁਣੋ। ਗੁਰਦੁਆਰਾ ਸਿੰਘ ਸਭਾ ਰਾਜਪੁਰਾ ਵਿਖੇ ਇੱਕ ਜਿਹੜਾ ਨੌਜਵਾਨ ਸਾਹਿਲ ਅਰੋੜਾ ਜੀ ਦਾ ਨਾਮ ਹੈ, ਉਹ ਜੁੱਤੇ ਸਮੇਤ ਅਤੇ ਬਿਨਾਂ ਸਿਰ ਢੱਕੇ ਜਿਹੜਾ ਹੈ ਅੰਦਰ ਹੋਇਆ ਅਤੇ ਸੇਵਾਦਾਰਾਂ ਨੇ ਉਹਨੂੰ ਮਨਾ ਕੀਤਾ ਕਿ ਤੂੰ ਇਸ ਤਰ੍ਹਾਂ ਨਾ ਜਾ, ਪਰ ਉਸਦੇ ਬਾਵਜੂਦ ਵੀ ਉਹ ਜ਼ਬਰਦਸਤੀ ਗਿਆ ਤਾਂ ਸੇਵਾਦਾਰਾਂ ਨੇ ਉਹਨਾਂ ਨੂੰ ਫਿਰ ਧੱਕੇ ਮਾਰ ਕੇ ਜਿਹੜਾ ਹੈ ਬਾਹਰ ਕੱਢਿਆ ਗਿਆ ਅਤੇ ਪੁਲਿਸ ਜਿਹੜਾ ਹੈ ਉਸ ਜਿਹੜਾ ਸਾਹਿਲ ਅਰੋੜਾ ਨੂੰ ਥਾਣੇ ਲੈ ਜਾ ਚੁੱਕੀ ਹੈ। ਜੋ ਕਾਨੂੰਨ ਮੁਤਾਬਕ ਕਾਰਵਾਈ ਬਣਦੀ ਹੈ ਉਹ ਲਾਜ਼ਮੀ ਕੀਤੀ ਜਾਵੇਗੀ। ਜਿਵੇਂ ਸਰ ਸਰ ਬੀਤੇ ਦਿਨ ਪਟਿਆਲਾ ਵੀ ਬੀਤੀ ਹੋਈ ਸੀ, ਅੱਜ ਰਾਜਪੁਰ ਵੀ ਹੋ ਗਈ, ਕੋਈ ਖਾਸ ਪ੍ਰਬੰਧ ਵੀ ਆਪਣੇ ਵੱਲੋਂ ਕੀਤੇ ਜਾ ਰਹੇ ਨੇ? ਦੇਖੋ, ਅਜਿਹੀਆਂ ਘਟਨਾ ਨੂੰ ਤੁਸੀਂ ਪਹਿਲਾਂ ਹੀ ਮੰਨ ਕੇ ਨਹੀਂ ਚੱਲ ਸਕਦੇ ਕਿ ਇਹ ਹੋਏਗੀ, ਪਰ ਜਿੱਦਾਂ ਜਦੋਂ ਕੋਈ ਘਟਨਾ ਇਸ ਤਰ੍ਹਾਂ ਦੀ ਵਾਪਰ ਜਾਂਦੀ ਹੈ ਤਾਂ ਪੁਲਿਸ ਪ੍ਰਸ਼ਾਸਨ ਸਾਰੀ ਜਗ੍ਹਾ ਸਤਰਕ ਹੋ ਕੇ ਜਿਹੜਾ ਹੈ ਉਹ ਸੁਰੱਖਿਆ ਪ੍ਰਦਾਨ ਕਰ। ਸਵੇਰੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਸਾਹਿਲ ਨਾਂ ਦਾ ਲੜਕਾ 7:30 ਸਿੰਘ ਸਾਹਿਬ ਕੀਰਤਨ ਕਰ ਰਹੇ ਸੀ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼ੂ ਪਾ ਕੇ ਐਂਟਰ ਹੋਇਆ ਸੀ ਅਤੇ ਉਹਨੇ ਗੁਰੂ ਘਰ ਦੀ ਮਰਿਆਦਾ ਦੀ ਉਲੰਘਣਾ ਕੀਤੀ। ਸੇਵਾਦਾਰਾਂ ਨੇ ਇਮੀਡੀਏਟਲੀ ਉਹਨੂੰ ਜਿਹੜਾ ਹੈਗਾ ਕਾਬੂ ਕਰ ਲਿਆ, ਕਾਬੂ ਕਰਕੇ ਉਹਨੂੰ ਪੁਲਿਸ ਦੇ ਹਵਾਲੇ ਕਰਤਾ ਅਤੇ ਅੱਗੇ ਸਟੇਟਮੈਂਟ ਲਿਖ ਕੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਹਦੇ ਪੁੱਛ ਕੇ ਜਾ ਰਹੀ ਹੈ। ਉਹ ਕਿਸੇ ਸ਼ੋਪ ਦੇ ਉੱਤੇ ਕੋਈ ਜੋਬ ਕਰਦਾ ਹੈਗਾ ਅਤੇ ਬਾਕੀ ਉਹਦੀ ਜਿਹੜੀ ਰਿਕਾਰਡ ਹੈ, ਜਿਹੜੀ ਉਹਦੀ ਮੋਬਾਈਲ ਵਗੈਰਾ ਦਾ, ਉਹ ਵੈਰੀਫਾਈ ਕਰ ਰਹੇ ਹਾਂ ਅਤੇ ਕੀ ਹੈਗਾ ਉਹ ਸਾਰਾ ਕੁਝ ਤੁਹਾਨੂੰ ਕੱਢ ਕੇ ਦੱਸਦਾ ਜਾਵੇ। ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਪਹਿਲਾਂ ਇੱਕ ਵਾਰੀ ਬੇਦਬੀ ਕਰਨ ਦੇ ਅੰਦਰ ਆਇਆ ਸੀ, ਰੋਕਿਆ ਗਿਆ, ਫਿਰ ਦੁਬਾਰਾ ਭੱਜ ਕੇ ਫਿਰ ਅੰਦਰ। ਉਹ ਦੱਸ ਰਹੇ ਸੇਵਾਦਾਰ, ਕਹਿੰਦੇ ਪਹਿਲਾਂ ਗੇਟ ਦੇ ਉੱਤੋਂ ਭਜਾਇਆ ਸੀ ਉਹਨੂੰ ਅਤੇ ਦੁਬਾਰਾ ਫਿਰ ਭੱਜ ਕੇ ਐਂਟਰ ਹੋਣ ਦੀ ਕੋਸ਼ਿਸ਼ ਕੀ, ਐਂਟਰ ਹੋਇਆ ਅਤੇ ਅੰਦਰ ਹੋਇਆ ਸੀ, ਗੁਰਦੁਆਰਾ ਸਾਹਿਬ 'ਚ ਸ਼ੂ ਪਾ ਕੇ ਆਇਆ, ਮਰਿਆਦਾ ਦੀ ਉਲੰਘਣਾ ਕੀਤੀ ਹੈ, ਉੱਥੇ ਇਮੀਡੀਏਟਲੀ ਕਾਰਵਾਈ ਕਰ ਰਹੇ ਹਾਂ ਅਸੀਂ ਅਤੇ ਕਾਬੂ ਕਰਕੇ ਉਹਨੂੰ। ਕਿਹੜੀ ਧਾਰਾਵਾਂ ਤਹਿਤ ਮਾਮਲਾ ਦਾ? 295A 295 ਉਹਦੀ ਤਹਿਤ ਅਸੀਂ ਕਾਰਵਾਈ ਕਰ ਰਹੇ। ਸੂਤਰਾਂ ਤੋਂ ਵੀ ਪਤਾ ਲੱਗਿਆ, ਕਹਿੰਦੇ ਉਹ ਮਾਨਸਿਕ ਤੌਰ 'ਤੇ ਬਿਮਾਰ ਹੈ ਜੀ, ਉਹ ਵੈਰੀਫਾਈ ਕਰ ਰਹੇ ਜੀ। ਇਹੀ ਹੈ ਜੀ, ਕੱਲ੍ਹ ਤੱਕ ਕਮੇਟੀ ਦਾ ਅਤੇ ਸਾਰੇ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ, ਇਹਨਾਂ ਨੇ ਬਹੁਤ ਸਹਿਯੋਗ ਦਿੱਤਾ ਅਤੇ ਇਹੀ ਆ ਵੀ ਆਪਣੇ ਸ਼ਹਿਰ ਜਿਹੜੀ ਹੈ ਸੁੱਖ ਸ਼ਾਂਤੀ ਬਣਾਈ ਰੱਖਣ ਅਤੇ ਮੇਰੀ ਇਹੀ ਉਮੀਦ। ਅਨਮੈਟ ਹੈਗਾ ਜੀ। ਦੇਖੋ, ਘਟਨਾ ਬੜੀ ਮੰਦਭਾਗੀ ਹੈ, ਪਰ ਸਭ ਤੋਂ ਵੱਡੀ ਗੱਲ ਇਹ ਵੀ ਇੱਥੋਂ ਦਾ ਜਿਹੜਾ ਪ੍ਰਬੰਧ ਹੈ ਸਰਦਾਰ ਅਮਰਿੰਦਰ ਸਿੰਘ ਜੀ ਕਾਂਗਰਸ ਸਾਹਿਬ, ਉਹਨਾਂ ਦੇ ਜਿਹੜੇ ਸੇਵਾਦਾਰ ਨੇ ਉਹ ਤਿਆਰ ਪਰ ਤਿਆਰ ਰਹਿੰਦੇ, ਇੱਥੇ ਨੌਜਵਾਨ ਸਾਰੇ ਤਿਆਰ ਪਰ ਤਿਆਰ ਨੇ। ਸੋ ਇੱਕ ਅਣਸੁਖਾਵੀ ਘਟਨਾ ਜਿਹੜੀ ਹੋਣ ਤੋਂ ਉਹਨਾਂ ਨੇ ਜਿਹੜਾ ਬੜਾ ਤਕੜਾ ਬਚਾਅ ਕੀਤਾ, ਪਰ ਮੈਂ ਇਸ ਘਟਨਾ ਨੂੰ ਦੇਖਦਾ ਇੱਕ ਬੇਨਤੀ ਜਿਹੜੀ ਆ, ਡਿਪਟੀ ਸਾਹਿਬ ਸਾਡੇ ਅਤੇ ਸਤਿਕਾਰਯੋਗ ਨੇ ਖੜ੍ਹੇ ਨੇ, ਇਹ ਗੱਲ ਮੈਂ ਸਰਕਾਰ ਤੱਕ ਪਹੁੰਚਾਉਣੀ ਚਾਹਾਂਗਾ ਵੀ ਜੇ ਸਾਡੇ ਮੰਨ ਲਓ ਵੀ ਗਾਦਰੇ ਦੀ ਬੇਅਦਬੀ ਹੁੰਦੀ ਹੈ ਤਾਂ ਵੀ 295A, ਸਾਡੀ ਦਾੜੀ ਦੀ ਬੇਅਦਬੀ ਕੋਈ ਕਰਦਾ ਤਾਂ 295A, ਸਾਡੀ ਪੱਗ ਦੀ ਬੇਅਦਬੀ ਹੁੰਦੀ ਹੈ ਤਾਂ 295A, ਅਤੇ ਜੇ ਸਾਡੇ ਕੋਈ ਦਰਬਾਰ ਸਾਹਿਬ ਅਤੇ ਗੁਰੂ ਸਾਹਿਬ ਦੇ ਅੰਗਾਂ ਦੀ ਬੇਅਦਬੀ ਕਰੇ
ਤਾਂ ਵੀ 295 ਏ। ਸੋ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਸਾਡੀ ਜਿਹੜੀ ਆਵਾਜ਼ ਹੈ ਸਰਕਾਰਾਂ ਤੱਕ ਪਹੁੰਚਾਓ ਤਾਂ ਜੋ ਕਾਨੂੰਨ ਦੇ ਵਿੱਚ ਸੋਧ ਕਰਕੇ ਜਿਹੜੀਆਂ ਸਖ਼ਤ ਤੋਂ ਸਖ਼ਤ ਧਾਰਾਵਾਂ ਅਤੇ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਏ ਜਾਣ ਤਾਂ ਕਿ ਬੇਅਦਬੀ ਕਰਨ ਵਾਲਾ ਪੰਜਾਬ ਆ ਜਿਹੜਾ ਸੋਚੇ, ਬਾਕੀ ਉਹਦੀ ਸੇਵਾ ਜਿਹੜੀ ਆ ਕਿਉਂਕਿ ਤਸੱਲੀ ਨਾਲ ਜਿਹੜੀ ਅਸੀਂ ਤਾਂ ਹੁਣ ਪਹੁੰਚੇ ਹਾਂ ਇੱਥੋਂ ਦੇ ਸੇਵਾਦਾਰ ਚੰਗੀ ਤਸੱਲੀ ਜਿਹੜੀ ਉਹਦੀ ਕਰਾਈ ਆ। ਸੋ ਥਾਣਾ ਜਿਹੜਾ ਸੀਗਾ ਉਹ ਨੇੜੇ ਸੀਗਾ, ਮੈਂ ਤਾਂ ਸਪਸ਼ਟ ਡੀਪੀ ਸਾਹਿਬ ਦੇ ਸਾਹਮਣੇ ਕਹਿਣਾ ਚਾਹਾਂਗਾ ਵੀ ਥਾਣਾ ਨੇੜੇ ਹੋਣ ਕਰਕੇ ਅਤੇ ਇਹ ਮਿੰਟੋ ਮਿੰਟੀ ਜਦੋਂ ਪੁਲਿਸ ਨੂੰ ਇਨਫੋਰਮੇਸ਼ਨ ਹੋਈ ਆ ਅਤੇ ਇਹ ਇੱਥੇ ਪਹੁੰਚ ਗਏ ਨੇ, ਅਤੇ ਨਹੀਂ ਤਾਂ ਪਟਿਆਲੇ ਵਾਲੀ ਖੇਡ ਜਿਹੜੀ ਸੀ। ਤੇਜ ਚੈਨਲ ਦੇ ਲਈ ਰਾਜਪੁਰਾ ਤੋਂ ਸੋਨੀ ਸ਼ਰਮਾ ਦੀ ਰਿਪੋਰਟ।